ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮੇਸ਼ੀਆ ਟੀਵੀ ਮੈਂ ਹਾਂ ਗੁਰਪ੍ਰੀਤ ਸੰਧਾਵਲੀਆ ਤੇ ਇਸ ਪ੍ਰੋਗਰਾਮ 'ਚ ਆਪ ਜੀ ਦੇ ਨਾਲ ਦੀਆਂ ਹੁਣ ਤੱਕ ਦੀਆਂ ਖਬਰਾਂ ਨੇ ਉਹਨਾਂ ਦੇ ਪਰਪਰ ਗੱਲਬਾਤ ਕਰਦੇ ਹੁੰਨੇ ਆ ਇੱਕ ਤਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਆਇਆ ਉਹ ਅੱਗੇ ਨਾਲੋਂ ਹੋਰ ਤੇਜ਼ ਹੋ ਗਿਆ ਤਿੱਖਾ ਹੋ ਗਿਆ ਉਹ ਸਾਰੇ ਕੁਝ ਨੂੰ ਲੈ ਕੇ ਜਿਹੜਾ ਉਹਨਾਂ ਦਾ ਰੋਸਾ ਹੈ ਉਹ ਕੇਂਦਰ ਸਰਕਾਰ ਦੇ ਨਾਲ ਵੀ ਹੈ ਤੇ ਨਾਲ ਦੇ ਨਾਲ ਪੰਜਾਬ ਵਾਲੀ ਜਿਹੜੀ ਪਾਇਪਾ ਪਾਰਟੀ ਹੈ ਜਾਂ ਉਹਦੇ ਲੀਡਰ ਨੇ ਉਹਨਾਂ ਦੇ ਨਾਲ ਵੀ ਹੈਗਾ ਇਸ ਤੋਂ ਬਾਅਦ ਕਾਂਗਰਸ ਪਾਰਟੀ ਤੇ ਉਹਨਾਂ ਦਾ ਆਪਸ ਵਿੱਚ ਵਿਰੋਧ ਕਿਉਂ ਹੋ ਰਿਹਾ ਉਹਦਾ ਜ਼ਿਕਰ ਵੀ ਕਰਾਂਗੇ ਤੇ ਕੰਗਣਾ ਰਣਾਉਤ ਦੇ ਉੱਪਰ ਅਦਾਲਤ ਨੇ ਐਫ ਆਈ ਆਰ ਕਾਦੀ ਤੇ ਕਿ ਉਵੇਂ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਜੀ ਪਰ ਸੋ ਪਿਛਲੀ ਜਿਹੜੀ ਮੀਟਿੰਗ ਹੋਈ ਸੀ ਜਾਂ ਕਹ ਲਓ ਕਿ ਵੀ ਨਾ ਹੋਇਆ ਵਰਗੀ ਸੀ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਉਹਦੇ ਤੋਂ ਬਾਅਦ 15 ਨੂੰ ਆ ਕੇ ਕਿਸਾਨਾਂ ਨੇ ਨਵਾਂ ਪ੍ਰੋਗਰਾਮ ਐਲਾਨਤਾ ਸੀ ਕਿ ਵੀ ਆਪਾਂ ਸੰਘਰਸ਼ ਤਿੱਖਾ ਕਰਨਾ ਜਿਹਦੇ ਚ ਅਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਸੀਗਾ ਤੇ ਅੱਜ ਥਾਂ ਥਾਂ ਤੇ ਉਹ ਪੁਤਲੇ ਵੀ ਫੂਕੇ ਗਏ ਆ ਜਿਹੜਾ ਰੋਸ ਦਿਨੋ ਦਿਨ ਵਧਦਾ ਜਾ ਰਿਹਾ ਤੇ ਦੂਸਰੇ ਪਾਸਿਓਂ ਜਵਾਬ ਕੋਈ ਨਹੀਂ ਆ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਜੀ ਗੁਰਪ੍ਰੀਤ ਜੀ ਕਹਿੰਦੇ ਹੈ ਕਿ ਕਿਸਾਨਾਂ ਨੂੰ ਇਸ ਵੇਲੇ ਸਰਕਾਰ ਤੰਗ ਕਰ ਰਹੀ ਆ ਜੀ ਇੰਨੇ ਲੰਮੇ ਜਦੋਜਹਿਦ ਤੋਂ ਬਾਅਦ ਕੋਈ ਉਹਨਾਂ ਦੀ ਗੱਲ ਵੀ ਨਾ ਸੁਣਿਆ ਇੱਕ ਵਾਰੀ ਇੱਕ ਮਜ਼ਾਕੀਆ ਜਿਹੀ ਚਿੱਠੀ ਭੇਜਤੀ ਤੁਸੀਂ ਦਿੱਲੀ ਆਓ ਅਸੀਂ ਤੁਹਾਡੇ ਭਰਮ ਦੂਰ ਕਰਨਾ ਚਾਹੁੰਦੇ ਹਾਂ ਕਿਸਾਨਾਂ ਨੂੰ ਭਰਮ ਕਾਦਾ ਜੀ ਉਹਨਾਂ ਆਖਿਆ ਅਸੀਂ ਨਹੀਂ ਆਉਂਦੇ ਜੀ ਸਾਨੂੰ ਕੋਈ ਭਰਮ ਨਹੀਂਗਾ ਦੂਜੀ ਵਾਰੀ ਬਕਾਇਦਾ ਚਿੱਠੀ ਲਿਖ ਕੇ ਸੱਦਿਆ ਗਿਆ ਕਹੋ ਆਪਾਂ ਗੱਲ ਕਰਨ ਨੂੰ ਤਿਆਰ ਜੀ ਤੇ ਗੱਲ ਕਰਨ ਵਾਸਤੇ ਉੱਥੇ ਅ fırsਰ ਬਿਠਾਤੇ ਨਾ ਖੇਤੀ ਮੰਤਰੀ ਨਾ ਛੋਟਾ ਮੰਤਰੀ ਨਾ ਪ੍ਰਧਾਨ ਮੰਤਰੀ ਦਫਤਰ ਚੋਂ ਕੋਈ ਬੰਦਾ ਆਇਆ ਉਹ ਉੱਥੋਂ ਛੱਡ ਕੇ ਆ ਗਿਆ ਹੁਣ ਵੀ ਜਿਸ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦੇ ਜਜ਼ਬਾਤ ਨਾਲ ਖੇਡਿਆ ਜਾ ਰਿਹਾ ਉੱਥੇ ਆ ਕੇ ਫਿਰ ਇੱਕੋ ਗੱਲ ਹੁੰਦੀ ਆ ਤੰਗ ਆਮਦ ਬਜੰਗ ਆਮਦ ਜੀ ਜਿਹੜੇ ਕਿਸਾਨ ਨੇ ਐਸ ਵੇਲੇ ਉਹ ਜਿੰਨੀ ਵੱਡੀ ਮੁਸ਼ਕਲ ਚ ਫਸੇ ਆ ਇੰਨੇ-ਇੰਨੇ ਦਿਨ ਜਾ ਕੇ ਰੇਲਾਂ ਦੇ ਉੱਤੇ ਪਟੜੀਆਂ ਦੇ ਉੱਤੇ ਸੌਣਾ ਕੋਈ ਸੌਖਾ ਕੰਮ ਜੀ ਪਤਾ ਨਹੀਂ ਕਿੱਥੋਂ ਸੱਪ ਨਿਕਲ ਕੇ ਕਿਸ ਨੂੰ ਲੜ ਜਾਣਾ ਹੁਣ ਤੱਕ ਮੇਰੇ ਹਿਸਾਬ ਨਾਲ 6 ਜਾਂ 7 ਮੌਤਾਂ ਉੱਥੇ ਹੋ ਚੁੱਕੀਆਂ ਨੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਕਿ ਮਾੜੇ ਵਰਗੇ ਇੱਕ ਨੇ ਜ਼ਹਿਰ ਵੀ ਖਾਦਾ ਕਿੰਨੇ ਲੋਕ ਉੱਥੇ ਮਰ ਗਏ ਨੇ ਜੀ ਇੱਕ ਬੁਲਾਰਾ ਉੱਥੇ ਭਾਸ਼ਣ ਕਰਦਾ ਕਰਦਾ ਮਰ ਗਿਆ ਸਰਕਾਰ ਨੂੰ ਕਿਉਂ ਇਹ ਖਿਆਲ ਨਹੀਂ ਆਉਂਦਾ ਕਿ ਆਖਰਕਾਰ ਕੋਈ ਮਨੁੱਖੀ ਭਾਵਨਾਵਾਂ ਵੀ ਹੁੰਦੀਆਂ ਤੁਸੀਂ ਕਿਸੇ ਢੰਗ ਨਾਲ ਦੀ ਗੱਲ ਕਰੋ ਜੀ ਜਦੋਂ ਕੋਈ ਰਾਹ ਨਹੀਂ ਨਿਕਲਿਆ ਫਿਰ ਕਿਸਾਨਾਂ ਨੇ ਬਕਾਇਦਾ ਫੈਸਲਾ ਕੀਤਾ ਕਿ ਅਸੀਂ ਇਹ ਸਰਕਾਰ ਦੇ ਖਿਲਾਫ ਵਲਾਣੇ ਦਿਨ ਪੁਤਲੇ ਫੂਕ ਮੁਜ਼ਾਰੇ ਕਰਾਂਗੇ ਉਹਨਾਂ ਪੁਤਲੇ ਵੀ ਫੂਕੇ ਅਜੇ ਤਾਂ ਪੁਤਲੇ ਫੂਕਦੇ ਪਏ ਜੀ ਜੇ ਕਿਸਾਨਾਂ ਦਾ ਰੋਸ ਵੱਧਦਾ ਗਿਆ ਤੇ ਕਿਸਾਨਾਂ ਦੀ ਲੀਡਰਸ਼ਿਪ ਇਹਨਾਂ ਨੂੰ ਕਿਸਾਨ ਭਾਈਚਾਰੇ ਨੂੰ ਕਿੰਨਾ ਕੁ ਚਿਰ ਤੱਕ ਰੋਕ ਕੇ ਰੱਖ ਸਕਦੀ ਹੈ ਕੱਲ ਨੂੰ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਚੰਗਾੜੀ ਪੜਕ ਵੀ ਸਕਦੀ ਹੈ ਜੀ ਮੈਂ ਪਿਛਲੇ 3-4 ਦਿਨਾਂ ਤੋਂ ਕਹਿੰਦਾ ਪਿਆ ਕਿ ਇਸ ਵੇਲੇ ਪੰਜਾਬ ਦਾ ਮਾਹੌਲ ਜਿੱਦਾਂ ਦਾ ਪਖਵਾ ਬਣਿਆ ਪਿਆ ਇੱਥੇ ਇੱਕ ਪਾਸੇ ਚਾਰ ਪਾਰਟੀਆਂ ਨੇ ਪੋਲਿਟਿਕਲ ਪਾਰਟੀਆਂ ਜੀ ਕਾਂਗਰਸ ਭਾਜਪਾ ਕਾਲੀ ਦਲ ਧਿਆਮ ਆਦਮੀ ਪਾਰਟੀ ਜਿਹੜੀਆਂ ਸਾਰਾ ਜੋਰ ਲਾਈ ਜਾਂਦੀਆਂ ਇੱਕ ਦੂਸਰੇ ਠੇਬੀ ਲਾਉਣ ਦਾ ਜੀ ਦੂਸਰੇ ਪਾਸੇ ਕਿਸਾਨਾਂ ਦੀਆਂ 31 ਜਥੇਬੰਦੀਆਂ ਸੀ ਜਿਨ੍ਹਾਂ ਚੋਂ ਇੱਕ ਝਾੜ ਦਿੱਤੀ ਗਈ ਇੱਕ ਆਪੇ ਪਾਸੇ ਹੋ ਗਈ ਦੋ ਜਥੇਬੰਦੀਆਂ ਮਾੜਾ ਮੋਟਾ ਵਿਰੋਧ ਕਰਕੇ ਪਾਸੇ ਹੋਈਆਂ 27 ਜਥੇਬੰਦੀਆਂ ਅਜੇ ਵੀ ਇਕੱਠੀਆਂ ਨੇ ਉਹ ਆਪਣਾ ਜੋਰ ਲਾ ਰਹੀਆਂ ਨੇ ਐਸ ਬੜੇ ਜਿਹੋ ਜਿਹੇ ਹਾਲਾਤ ਆ ਜੇ ਇਹਦੇ ਵਿੱਚ ਕਿਸੇ ਛਰਾਰਤੀ ਨੇ ਪਾਸੇ ਤੋਂ ਕੋਈ ਛਰਾਰਤ ਕਰ ਦਿੱਤੀ ਤੇ ਸਾਰੇ ਪੰਜਾਬ ਦੇ ਵਿੱਚ ਸੁਣਭਾੜੀ ਨਹੀਂ ਜਾਣੀ ਜੀ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕੁਝ ਬੰਦੇ ਪਾਵੇ ਆ ਜਿਹੜੇ ਤਰੀਕਾ ਨਾ ਕਿ ਅਸੀਂ ਆਪਣੇ ਮੰਤਰੀਆਂ ਨੂੰ ਕਹਤਾਂ ਤੁਸੀਂ ਜਾ ਕੇ ਮੀਟਿੰਗਾਂ ਕਰਾਓ ਮੀਟਿੰਗਾਂ ਨਹੀਂ ਕਰਾ ਸਕਦੇ ਵਰਚੁਅਲ ਮੀਟਿੰਗਾਂ ਕਰਾਓ ਨਹੀਂ ਕਰਾ ਸਕਦੇ ਜਾਓ ਤੁਸੀਂ ਜੋ ਵੀ ਜਿੱਥੇ ਤੁਹਾਨੂੰ ਕੋਈ ਚੁਣੌਤੀ ਹੁੰਦਾ ਉੱਥੇ ਜਾਓ ਇਹ ਤਰੀਕਾ ਠੀਕ ਨਹੀਂਗਾ ਇਹਦੇ ਵਿੱਚ ਤਾਂ ਟਕਰਾਅ ਵਧਾਉਣ ਵਾਲੀਆਂ ਗੱਲਾਂ ਨੇ ਜੀ ਜੀ ਜਦੋਂ ਥਾਂ ਥਾਂ ਦੇ ਉੱਤੇ ਚੁਣੌਤੀ ਦਾ ਮੁਕਾਬਲਾ ਕਰਨ ਦੇ ਨਾਂ ਤੇ ਪਿੰਡਾਂ 'ਚ ਜਾਣਗੇ ਕਿਸਾਨਾਂ 'ਚ ਜਾਣਗੇ ਕੱਲ ਨੂੰ ਕਿਸੇ ਥਾਂ ਦੇ ਉੱਤੇ ਝਗੜਾ ਵੱਧ ਸਕਦਾ ਮੁੜ ਕੇ ਇੱਕ ਦੂਸਰੇ ਦੁਸ਼ਮਣ ਬਾਈ ਕੋ ਹੋਊਗੀ ਉਹਦਾਂ ਬਿਹਤਰ ਹੈ ਕਿ ਕਿਸਾਨਾਂ ਦੇ ਜਜ਼ਬਾਤ ਨੂੰ ਸਮਝ ਕੇ ਗੱਲਬਾਤ ਦੁਬਾਰਾ ਚਲਾਈ ਜਾਵੇ ਇਹ ਚਿੰਗਾਰੀ ਵਾਲਾ ਮਾਹੌਲ ਤਾਂ ਲਗਭਗ ਬੰਦ ਨਹੀਂ ਲੱਗ ਪਿਆ ਦੇਖੋ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਹੈ ਕਿਸਾਨਾਂ ਦੀਆਂ ਖਬਰਾਂ ਆਉਂਦੀਆਂ ਦੂਜੇ ਪਾਸੇ ਭਾਜਪਾ ਵਾਲਿਆਂ ਦੀ ਗੱਲ ਜਾਂ ਕਾਂਗਰਸ ਵਾਲਿਆਂ ਦੀ ਗੱਲ ਪਹਿਲਾਂ ਕਿਸਾਨਾਂ ਦੇ ਸੰਦਰਭ ਚ ਹੁੰਦੀ ਸੀ ਜਾਂ ਖੇਤੀ ਦੇ ਕਾਨੂੰਨਾਂ ਦੇ ਸੰਦਰਭ ਚ ਹੁੰਦੀ ਸੀ ਤੇ ਹੁਣ ਉਹ ਆਪਸ ਵਿੱਚ ਟਕਰ ਪਏ ਉਹ ਕਹਿੰਦਾ ਜੀ ਸਾਨੂੰ ਫਲਾਣੇ ਥਾਂ ਤੇ ਨਹੀਂ ਜਾਣ ਦਿੱਤਾ ਕਿਸਾਨ ਨਹੀਂ ਸੀ ਜੀ ਉਹ ਤਾਂ ਕਾਂਗਰਸੀ ਸੀ ਕਾਂਗਰਸੀਆਂ ਜਾਂ ਵੀ ਲੀਡਰ ਪਿਆਨ ਦੇ ਜਾਂਦੇ ਆ ਹੋਵੇ ਠੀਕ ਆ ਤੁਸੀਂ ਦੇਖ ਲਓ ਕੀ ਇਹ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਇੱਧਰ ਲਈ ਬਾਹਰੇ ਬਾਟ ਟਸਲ ਬਣਾ ਕੇ ਬਹਿ ਗਏ ਬਾਈਪਾਸ ਹੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮੇਰਾ ਖਿਆਲ ਇਹ ਆ ਕਿ ਜਿਹੜੀ ਇਸ ਤਰ੍ਹਾਂ ਦੀ ਟਸਲ ਬਣੀ ਹੋਈ ਆ ਉਹ ਟਸਲ ਤੋਂ ਬਚਣਾ ਚਾਹੀਦਾ ਜੇ ਇਹ ਕਿਸੇ ਥਾਂ ਦੇ ਉੱਤੇ ਕਿਸਾਨਾਂ ਦਾ ਟਕਰਾ ਕਿਸੇ ਥਾਂ ਤੇ ਕਾਂਗਰਸੀਆਂ ਤੇ ਭਾਜਪਾ ਦਾ ਵੀ ਤੇ ਹੁਣ ਸ਼ੁਰੂ ਹੋ ਗਿਆ ਜੀ ਇਹ ਰਵਨੀਤ ਸਿੰਘ ਮਿੱਟੂ ਨੂੰ ਬਿਆਨ ਦੇਣ ਦੀ ਲੋੜ ਨਹੀਂ ਸੀ ਡਾ ਨੇ ਦੇ ਦਿੱਤਾ ਕਰਾ ਦਿਓ ਪਰਚਾ ਕਰਾਉਣਾ ਮਰਤੇ ਕਰਾ ਦਿਓ ਅਗਲੇ ਦਿਨ ਕਹਿਤਾ ਜੇ ਕਿਸਾਨਾਂ ਦੇ ਪਰਚੇ ਕਰਾਏ ਤੇ ਫਿਰ ਅਸੀਂ ਵੀ ਟਕਰਾਂਗੇ ਇਹ ਟਕਰਾਂਗੇ ਦਾ ਕੀ ਮਤਲਬ ਟਕਰਾਦ ਦੀ ਸਿਆਸਤ ਕਿੱਥੋਂ ਤੱਕ ਲਿਜਾਣੀ ਹੈ ਜੀ ਇਹਦਾ ਨੁਕਸਾਨ ਹੋ ਸਕਦਾ ਇਸ ਤੋਂ ਬਚਣਾ ਚਾਹੀਦਾ ਇਹਨਾਂ ਚੋਂ ਕੋਈ ਧਿਰ ਵੀ ਇੱਥੇ ਪਾਣੀ ਦਾ ਛਿੱਟਾ ਮਾਰਨ ਨੂੰ ਤਿਆਰ ਨਹੀਂ ਹਰ ਕੋਈ ਗਰਮਾ ਗਰਮੀ ਦੇ ਵਿੱਚ ਦੂਸਰਿਆਂ ਨੂੰ ਪਿੱਛੇ ਛੱਡ ਜਾਣਾ ਚਾਹੁੰਦਾ ਭਾਜਪਾ ਦੇ ਵਿੱਚ ਵੀ ਅਸੀਂ ਇਹ ਨਾ ਆਖੀਏ ਕਿ ਹੇਟਲ ਪੱਧਰ ਦੇ ਲੋਕ ਕੀ ਕਰਦੇ ਜੀ ਭਾਜਪਾ ਦਾ ਪ੍ਰਧਾਨ ਵੀ ਬੜੀ ਤਿੱਖੀ ਬੋਲੀ ਬੋਲਦਾ ਪੰਜਾਬ ਦਾ ਜੀ ਔਰ ਉਹ ਇਹ ਸਮਝਦੇ ਆ ਕਿ ਕੇਂਦਰ ਵਿੱਚ ਜਿਨੇ ਜਾਣਾ ਉਹਨੂੰ ਤਿੱਖੀ ਬੋਲੀ ਬੋਲਣੀ ਚਾਹੀਦੀ ਹੈ ਪਿਛਲਾ ਤਜਰਬਾ ਇਹ ਹੈ ਜਿਹੜਾ ਜਿਆਦਾ ਤਿੱਖੀ ਬੋਲਦਾ ਉਹਨੂੰ ਫਿਰ ਕੇਂਦਰ ਚ ਲੈ ਜਾਂਦੇ ਧਰਨ ਚੁੱਕਦਾ ਵੀ ਤਿਆਰਪਾ ਜੀ 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 ਸੰਬਤ ਪਾਤਰਾ ਵੀ ਤਿੱਖੀ ਬੋਲੀ ਬੋਲਣ ਕਰਕੇ ਕੇਂਦਰ ਚ ਗਿਆ ਜਿਹੜੇ ਜਿਹੜੇ ਬੰਦੇ ਤਿੱਖੀ ਬੋਲੀ ਬੋਲਦੇ ਆ ਔਰ ਉਹ ਮਤਲਬ ਅੱਗਾ ਪਿੱਛਾ ਨਹੀਂ ਵੇਖਦੇ ਇੱਕ ਸਾਡੇ ਪੰਜਾਬੀ ਚ ਮੁਹਾਵਰਾ ਹੁੰਦਾ ਕਿ ਕੁਝ ਲੋਕਾਂ ਨੇ ਆਪਣੀ ਪੱਗ ਕੱਸ਼ਾਂ ਚ ਲਈ ਹੁੰਦੀ ਆ ਤੇ ਦੂਜੇ ਦੀ ਰਹਿਣ ਨਹੀਂ ਦਿੰਦੇ ਕਿਸੇ ਦੀ ਵੀ ਲਾਉਣ ਨੂੰ ਤਿਆਰ ਰਹਿੰਦੇ ਆ ਜੀ ਉਹ ਜਿਹੜੇ ਆਪਣੀ ਪੱਗ ਕੱਸ਼ ਚ ਲਈ ਆ ਤੇ ਦੂਸਿਆਂ ਦੀ ਲਾਉਣ ਨੂੰ ਤਿਆਰ ਰਹਿੰਦੇ ਆ ਉਹ ਲੋਕ ਭਾਰਤੀ ਜਨਤਾ ਪਾਰਟੀ ਤੇ ਕੁਝ ਜ਼ਿਆਦੀ ਪ੍ਰਮੋਸ਼ਨ ਉਹਨਾਂ ਨੂੰ ਮਿਲਦੀ ਹੈ ਔਰ ਫਟਾਫਟ ਉਹਨੂੰ ਉੱਪਰ ਤੱਕ ਲੈ ਕੇ ਜਾਂਦੇ ਆ ਇਹ ਵਿਹਾਰ ਜਿਹੜਾ ਇਹਦਾ ਕਰਕੇ ਵੀ ਪੜਕਾਟ ਫੈਲਦੀ ਹੈ ਮੈਂ ਫਿਰ ਕਹਿੰਦਾ ਕਿ ਸਿਆਸੀ ਪੜਕਾਟਾਂ ਸਾਡੇ ਪੰਜਾਬ ਦੇ ਮਾਹੌਲ ਨੂੰ ਸੁਧਾਰਨ ਦੇ ਵਿੱਚ ਕੋਈ ਯੋਗਦਾਨ ਨਹੀਂ ਦੇਣਗੀਆਂ ਬਰਕ ਯੋਗਦਾਨ ਤੇ ਇੱਕੋ ਗੱਲ ਨਾਲ ਮਿਲ ਸਕਦਾ ਕਿ ਕਿਸਾਨ ਦਾ ਮਸਲਾ ਕੋਈ ਹੱਲ ਕੀਤਾ ਜਾਵੇ ਕੋਈ ਬੈਠ ਕੇ ਗੱਲ ਕੀਤੀ ਜਾਵੇ ਉਹਦੀ ਥਾਂ ਦੇ ਉੱਤੇ ਅੱਜ ਜਿਹੜਾ ਕੁਝ ਹੋ ਰਿਹਾ ਇਹ ਸਾਰਾ ਬਲਦੀ ਤੇ ਤੇਲ ਪਾਉਣ ਵਾਲਾ ਇਹਦੇ ਤੋਂ ਬਚਣ ਦੀ ਲੋੜ ਆ ਨਹੀਂ ਤੇ ਪੰਜਾਬ ਬੜੀ ਨਾਜ਼ੁਕ ਸਟੇਟ ਆ ਅੱਗੇ 1980 ਤੋਂ ਲੈ ਕੇ 1992 ਤੱਕ ਇਹਨੇ ਬਹੁਤ ਕਸ਼ਟ ਭੋਗਿਆ ਹੋਇਆ ਹੁਣ ਹੋਰ ਤਾਂ ਨਾ ਇਹਨੂੰ ਉਸ ਬਲਦੀ ਦੇ ਬੁੱਥੇ ਦੀ ਜੀ ਜੀ ਪਰ ਸਭ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਉਭਾਰੀ ਜਾ ਰਹੀ ਆ ਪ੍ਰਧਾਨ ਮੰਤਰੀ ਸਾਹਿਬ ਵੀ ਜਿੱਥੇ ਕਿਤੇ ਜਾਂਦੇ ਉੱਥੇ ਬਿਆਨ ਇਹੋ ਹੀ ਦਿੰਦੇ ਆ ਕਿ ਦੇਖੋ ਜੀ ਪਿਛਲੀਆਂ ਸਰਕਾਰਾਂ ਨੇ ਕੀਤਾ ਕੁਝ ਨਹੀਂ ਮੇਰਾ ਕੰਮ ਆ ਵੀ ਕਿਸਾਨਾਂ ਦੀ ਆਮਦਨ ਵਧਾਉਣੀ ਆ ਤੇ ਮੈਂ ਜਿਹੜਾ ਫੈਸਲਾ ਲੈ ਲਿਆ ਤਾਂ ਮੈਂ ਪਿੱਛੇ ਨਹੀਂ ਹਟਣਾ ਇਹਨੇ ਮੰਤਰੀ ਵਰਚੁਅਲ ਮੀਟਿੰਗਾਂ ਕਰਦੇ ਉਹਦੇ ਵਿੱਚ ਵੀ ਇਹੋ ਸਮਝਾਇਆ ਜਾਂਦਾ ਵੀ ਕਿਸਾਨ ਨੂੰ ਅਸੀਂ ਖੁੱਲ੍ਹ ਦੇਤੀ ਆ ਉਹਦੀ ਆਮਦਨ ਅਸੀਂ ਵਧਾ ਦੇਣੀ ਆ ਜਿੱਥੇ ਮਰਜ਼ੀ ਜਾ ਕੇ ਉਹ ਵੇਚੇ ਵੱਟੇ ਦੇ ਮੌਕੇਾਂ ਕਰੇ ਇਹ ਬਿੱਲ ਜਿੱਦਣ ਦੇ ਕਾਨੂੰਨ ਬਣੇ ਆ ਉਹਦੋਂ ਦਾ ਮੈਂ ਕਿਸਾਨ ਤੇ ਕੋਈ ਟਰਾਲੀ ਭਰ ਕੇ ਕਲਕੱਤੇ ਜਾਂਦਾ ਵੇਖਿਆ ਨਹੀਂ ਪਰ ਅੱਗੇ ਪਿਛਲੇ ਹਫ਼ਤੇ ਵੀ ਆਪਾਂ ਗੱਲ ਕੀਤੀ ਸੀ ਵੀ ਬਾਹਰਲੇ ਸੂਬਿਆਂ ਚੋਂ ਆਣ ਕੇ ਇੱਥੇ ਝੋਨਾ ਵੇਚਦਾ ਤੇ ਰਾਤੀ ਫੇਰ 15-16 ਟਰਾਲੀ ਫੜ ਲਿਆ ਯੂਪੀਓ ਆਏ ਇਹ ਸਾਰੇ ਕੁਝ ਨੂੰ ਨਹੀਂ ਕੀ ਗੱਲ ਭਾਜ-ਪਾ ਦੇਖਦੀ ਵੀ ਅਸੀਂ ਕਹਿੰਦੇ ਕਿਸਾਨਾਂ ਨੂੰ ਆ ਤੇ ਵੇਚੀ ਵਪਾਰੀ ਜਾਂਦਾ ਉਹ ਵੀ ਐਮਐਸਪੀਐਲ ਦੇਖੋ ਜਿਹੜਾ ਨਰਿੰਦਰ ਮੋਦੀ ਇਹ ਕਹਿੰਦਾ ਮੇਰੇ ਤੋਂ ਪਹਿਲਾਂ ਕੱਖ ਨਹੀਂ ਕੀਤਾ ਮੈਂ ਉਹਦੀਆਂ ਇਹੋ ਜਿਹੀਆਂ ਟਿੱਪਣੀਆਂ ਨੂੰ ਬਹੁਤਾ ਵਜਨ ਨਹੀਂ ਦਿੰਦਾ ਇਸ ਕਰਕੇ ਜੀ ਕਿ ਜੇ ਉਹ ਕਹਿੰਦਾ ਮੇਰੇ ਤੋਂ ਪਹਿਲਾਂ ਨੇ ਕੱਖ ਨਹੀਂ ਕੀਤਾ ਤੇ ਪਹਿਲੇ ਕਲੇ ਕਾਂਗਰਸੀ ਤੇ ਜਨਤਾ ਪਾਰਟੀਆਂ ਵਲੇ ਤਾਂ ਨਹੀਂ ਆਏ 6 ਸਾਲ ਬਾਜਪਾਈ ਨੇ ਵੀ ਰਾਜ ਕੀਤਾ ਤੇ ਉਹਦੇ ਕੀਤੇ ਤੇ ਵੀ ਕਾਟਾ ਮਾਰ ਦਿੰਦਾ ਜੀ ਹਾਲਾਂਕਿ ਬਾਜਪਾਈ ਜੇ ਅੱਗੇ ਨਾ ਹੁੰਦਾ ਤੇ ਭਾਜਪਾ ਤਾਂ ਰਾਜ ਭਾਗ ਦੇ ਗਲਿਆਰਿਆਂ ਤੋਂ ਦੂਰ ਦੂਰ ਸੀ ਉਹ ਤੇ ਐਡਵਾਨੀ ਉਸ ਤੱਕ ਲਿਖਿਆ ਗਿਆ ਸੀ ਉਹਨਾਂ ਦੇ ਉੱਤੇ ਵੀ ਕਾਟਾ ਪੈ ਜਾਂਦਾ ਨਹੀਂ ਇਹ ਸਭ ਨੂੰ ਰੱਦ ਕਰ ਜਾਂਦਾ ਇਹਨੂੰ ਛੱਡੋ ਤੁਸੀਂ ਜਿਹੜਾ ਘੱਟੋ ਘੱਟ ਖਰੀਦ ਕੀਮਤ ਹੈ ਐਮ ਐਸ ਪੀ ਉਹ ਜਿਹੜੇ ਜਿਹੜੇ ਰਾਜਾਂ 'ਚ ਲਾਗੂ ਨਹੀਂ ਹੋ ਰਹੀ ਉਹਨਾਂ ਰਾਜਾਂ 'ਚ ਕਿਸਾਨਾਂ ਦੀ ਇੰਨੀ ਮਾੜੀ ਹਾਲਤ ਹੈ ਮੈਂ ਆਹ ਸੋਮਵਾਰ ਦੇ ਪ੍ਰੋਗਰਾਮ 'ਚ ਗੱਲ ਦਸੀ ਸੀ ਕਿ ਜਿਹੜਾ ਇੱਥੇ 1900 ਦੇ ਨੇੜੇ ਵਿਅਕ ਦਾ ਚੋਣਾ ਜੀ 20 ਵੱਧ ਕੀ 20 ਘਟ ਗਈ 1888 ਹੈ ਜੀ 1888 ਹੂੰ 1900 ਤੋਂ 20 ਵੱਧ ਕੀ 20 ਘਟ ਗਈ ਉਹ ਉੱਥੇ ਹੀ ਆ ਜਾਂਦਾ ਜੀ ਜੀ ਉਹ ਯੂ ਪੀ ਤੇ ਬਿਹਾਰ ਦੇ ਵਿੱਚੋਂ 1200 1300 ਨੂੰ ਖਰੀਦਿਆ ਜਾ ਰਿਹਾ ਕਿਸਾਨ ਦੇ ਪੱਲੇ ਕੀ ਪੈਂਦਾ ਉਹ ਜੀ ਉਥੋਂ ਲਿਆ ਕੇ ਤੁਸੀਂ ਸਮਝੋ ਕਿ 100 ਰੁਪਏ ਰਾਹ ਦੇ ਖਰਚੇ ਪਾ ਲਓ 1300 ਹੋ ਗਿਆ ਇੱਥੇ ਜਿਹੜੇ ਆ ਪਟਿਆਲਾ ਪਾਤਣਾ ਮਾਨਸਾ ਬੁਲਾੜਾ ਇਹਨਾਂ ਥਾਵਾਂ ਦੀਆਂ ਮੰਡੀਆਂ ਬੜੀਆਂ ਉਹਨਾਂ ਮੰਡੀਆਂ 'ਚ ਲਿਆ ਕੇ ਉਹ ਆਪਣਾ ਮਾਲ ਜਦੋਂ ਵੇਚਦੇ ਆ ਤੇ ਉਥੋਂ 1200 1300 ਦਾ ਲੈਂਦਾ ਹੁੰਦਾ ਜੀ ਇੱਥੇ 1500 ਜਾਂ 1600 'ਚ ਵੇਚਦੇ ਆ ਪਰ ਇੱਥੇ ਸਿੱਧਾ ਖੁਰਾਕ ਏਜੰਸੀਆਂ ਨੂੰ ਵੇਚ ਨਹੀਂ ਸਕਦੇ ਖੁਰਾਕ ਏਜੰਸੀਆਂ ਪੁੱਛਦੀਆਂ ਕਿਹੜੇ ਕਿਸਾਨ ਦਾ ਮਾਲ ਜੀ ਰੇਟ ਕਾ ਪੈਂਦਾ ਉਹ ਸਹਲਰਾਂ ਵਾਲਿਆਂ ਨੂੰ ਸਾਰਾ ਮਾਲ ਦੋ ਨੰਬਰ 'ਚ ਵੇਚਦੇ ਪਏ ਚੱਲਿਆ ਬੜੇ ਉਹ ਮਾਲ ਆਪਣੇ ਕੋਲ ਲਵਾ ਕੇ ਫਿਰ ਅੱਗੋ ਕਰਦੇ ਆ ਕਿ ਖੁਰਾਕ ਸਪਲਾਈ ਦੇ ਦੂਸਰੇ ਤੀਸਰੇ ਫੂਡਸ ਕਾਰਪੋਰੇਸ਼ਨ ਦੇ ਇਹਨਾਂ ਦੇ ਅਫਸਰਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਜੇ ਅਸੀਂ 1600 ਨੂੰ ਖਰੀਦਿਆ ਤੇ 1900 ਨੂੰ ਅੱਗੇ ਵਿਕਣਾ 300 ਰੁਪਿਆ ਕਵਾਂਟਲ ਵਾਜਦਾ ਇਹ 300 ਚੋਂ 100 ਕਵਾਂਟਲ ਤੁਹਾਨੂੰ 100 ਰੁਪਿਆ ਕਵਾਂਟਲ ਤੁਹਾਨੂੰ ਦੇਨੇ 200 ਅਸੀਂ ਕਮਾਉਨੇ ਆ ਕਿਉਂਕਿ ਸਾਡਾ ਸੈਲਰੀ ਵੀ ਆ ਜੀ ਅੱਛਾ ਉਹਦੇ ਨਾਲ ਮਿਲ ਕੇ ਤੇ ਫਿਰ ਕਿਸਾਨਾਂ ਦੇ ਜਾਲੀ ਨਾਵਾਂ ਦੇ ਉੱਤੇ ਉਹ ਵਿਕਰੀ ਕੀਤੀ ਜਾ ਰਹੀ ਆ ਜਿਹੜੇ ਨਾਮ ਉੱਤੇ ਲਿਖੇ ਜਾ ਰਹੇ ਉਹਨਾਂ ਨਾਵਾਂ ਦੇ ਕਿਸਾਨੀਆਂ ਨਹੀਂ ਪਿੰਡਾਂ ਚ ਜੀ ਔਰ ਉਹਨਾਂ ਦੇ ਨਾਂ ਦੇ ਉੱਤੇ ਉਹ ਸੇਲ ਪਾਈ ਜਾ ਰਹੀ ਹੈ ਐ ਸੋਡੇ ਤੱਕ ਲੱਖਾਂ ਪੋਰੀਆਂ ਜਿਹੜੀਆਂ ਨੇ ਯੂਪੀ ਤੇ ਬਿਹਾਰ ਤੋਂ ਲਿਆ ਕੇ ਪੰਜਾਬ ਚ ਵੇਚ ਚੁੱਕੀਆਂ ਜੀ ਇਹ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣਾ ਜ਼ਿਲ੍ਹਾ ਨਾਲ ਦਾ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਜ਼ਿਲ੍ਹਿਆਂ ਦੀਆਂ ਮੰਡੀਆਂ ਚ ਪਤਾ ਦੇ ਕਰਾਉਣ ਬਠਿੰਡੇ ਚ ਪਤਾ ਕਰਾ ਲੈਣ ਜੀ ਕਿ ਜਿੰਨੀ ਫਸਲ ਉੱਥੇ ਵਿਕੀ ਆ ਉਨੀ ਫਸਲ ਪੰਜਾਬ ਦੇ ਖੇਤਾਂ ਚ ਹੋ ਵੀ ਸਕਦੀ ਆ ਉਹ ਕਿੱਥੋਂ ਆਈ ਇਹ ਨਹੀਂ ਫਸਲ ਇਹ ਵੱਡੇ ਜਿਹੜੇ ਚੋਰ ਨੇ ਯੂਪੀ ਦੇ ਬਿਹਾਰ ਚੋਂ ਲਿਆ ਕੇ ਇੱਥੇ ਵੇਚਦੇ ਪਏ ਪਹਿਲਾਂ ਤਾਂ ਜਿਹੜੇ ਚੋਰ ਉੱਥੋਂ ਲਿਆਉਂਦੇ ਆ ਜੋ 300 ਰੁਪਿਆ ਕੁਇੰਟਲੇ ਚੋਂ ਕਮਾਉਂਦੇ ਹੋਣ ਜੀ ਉੱਥੋਂ 1200 ਦੇ ਲਿਆ ਕੇ ਇੱਥੇ 15 ਜਾਂ 1600 ਦੀ ਵੇਚੀ ਜੇ 300 ਰੁਪਿਆ ਕੁਇੰਟਲ ਕਮਾਉਂਦੇ ਹੋਣ ਤੇ 100 ਕੁਇੰਟਲ ਚ ਉਹਨਾਂ ਨੂੰ 3000 ਰੁਪਏ ਤੇ ਜਿਹੜਾ ਵੱਡਾ ਟਰਾਲਾ ਉਹਦੇ 'ਚ ਕਿੰਨੀ ਆਉਂਦੀ ਕਣਕ ਤੁਹਾਨੂੰ ਤੇ ਮੇਰੇ ਤੋਂ ਕਿੰਨਾ ਝੋਨਾ ਆਉਂਦਾ ਤੁਹਾਨੂੰ ਤੇ ਮੇਰੇ ਤੋਂ ਵੱਧ ਪਤਾ ਜੀ ਜੀ ਸਵੇਰੇ ਵੀ ਇਹ ਗੱਲ ਕਰਦੇ ਕੋ ਸਾਢੇ 300 400 ਕੁਆਂਟਲ ਤਾਂ ਆਉਂਦਾ ਜੇ ਸਾਢੇ 3 400 ਆ ਤੇ ਇਹਦਾ ਮਤਲਬ ਇੱਕ ਇੱਕ ਘਿੜੇ 'ਚ ਲੱਖ ਲੱਖ ਰੁਪਈਆ ਉਹ ਕਮਾ ਰਿਹਾ ਜੀ ਦੋ ਦੇ ਲਾਗੇ ਬੰਨੇ 'ਚ ਚਲੇ ਜਾਂਦਾ ਜੀ ਵੱਧ ਦੋ ਦੇ ਬਾਅਦ ਲਾਗੇ ਵੀ ਚੱਲ ਜਾਂਦਾ ਅੱਛਾ ਜੇ ਉਹ ਇੰਨੇ ਕਮਾ ਰਿਹਾ ਤੇ ਜਿਹੜੇ ਸੈਲਰ ਨਾਲ ਸੌਦਾ ਕਰਦੇ ਆ ਉਹ ਸੈਲਰ ਬੜਾ ਵੀ ਉਹਦੇ ਤੋਂ 2 ਕੁ ਲੱਖ ਆਪ ਕਮਾਉਂਦਾ ਹੋ 50 ਹਜ਼ਾਰ ਜਾਂ 1 ਲੱਖ ਉਹ ਐਫਸੀ ਲੰਦ ਦਿੰਦਾ ਹੋ ਜਾਂ ਫੂਡ ਇਤਮਾਲ ਵੇ ਕਰਿਆ ਇਹ ਸਾਰਾ ਕੁਝ ਜੋ ਹੁੰਦਾ ਪਿਆ ਪੰਜਾਬ ਦਾ ਕਿਸਾਨ ਇੱਥੇ ਰਗੜਿਆ ਗਿਆ ਔਰ ਅਗੂ ਇਹਦੀ ਐਮਐਸਪੀ ਕਹਿੰਦੇ ਬੰਦ ਕਰ ਦੇਣੀ ਹੈ ਬਿਲਕੁਲ ਸਰਕਾਰ ਕਹਿੰਦੀ ਹੈ ਨਹੀਂ ਕਰਨੀ ਪਰ ਐ ਸਰਕਾਰ ਦੇ ਉੱਤੇ ਯਕੀਨ ਕੌਣ ਕਰਦਾ ਇੱਕ ਘੁੰਡੀ ਮੈਨੂੰ ਸਭ ਤੁਹਾਡੀਆਂ ਗੱਲਾਂ 'ਚ ਮੇਰੇ ਦਿਮਾਗ 'ਚ ਆਈ ਕਿ ਜਦੋਂ ਇਹ ਸਾਰੇ ਕਾਗਜ਼ ਬੋਲਦੇ ਹੋਣਗੇ ਉੱਪਰ ਜਾ ਕੇ ਚੀਜ਼ ਪੇਸ਼ ਕਰਦੇ ਹੋਣਗੇ ਜਿਵੇਂ ਆਹ ਦੇਖੋ ਪੰਜਾਬ ਦੇ ਵਿੱਚ ਇਸ ਵਾਰ ਇੰਨੀ ਫਸਲ ਹੋਈ ਉਹ ਸਰਕਾਰੀ ਕਾਗਜ਼ਾਂ ਦੇ ਵਿੱਚ ਤੇ ਚਲੋ ਮਹਿੰਗਾ ਸਿੰਘ ਲਖਾ ਸਿੰਘ ਨਰਿੰਜਨ ਸਿੰਘ ਦੇ ਨਾਂ ਦੇ ਉੱਪਰ ਪਾਤੀ ਦੇ ਹੋ ਸਕਦਾ ਵੀ ਹਰੀਗデア ਝਾੜ ਵੀ ਆਪਣੇ ਆਪ ਦੀ ਵੱਧ ਜਾਣਾ ਕਿਉਂਕਿ ਇਹ ਥੋੜਾ ਕਿਹਨੇ ਪੁੱਛਣਾ ਪੀ ਇਹਦੇ ਕੋਲੇ ਕਿल्ले ਕਿੰਨੇ ਆ ਦੇ ਨੇ ਚੋਨਾ ਕਿੰਨੇ ਵੇਚਾ ਉਹ ਜਿਹੜਾ ਬਾਹਰੋਂ ਆਇਆ ਵੇਗਿਆ ਤੇ ਮੁੜ ਕੇ ਇਹ ਕਹਿੰਦੇ ਉਹਨਾਂ ਕਿ ਵੀ ਯੂਪੀ ਬਿਹਾਰ ਵਾਲੇ ਪਾਸੇ ਬਹੁਤ ਉਪਜ ਘੱਟ ਹੈ ਪੰਜਾਬ ਵਾਲੇ ਪਾਸੇ ਉਪਜ ਵੱਧ ਹੈ ਇਸ ਕਰਕੇ ਇਧਰੋਂ ਦੱਬ ਦਿਓ ਕਿल्ली ਪਰ ਆਹ ਕੁੰਡੀ ਕੋਈ ਨਹੀਂ ਦੱਸਦਾ ਨਾ ਵੀ ਬਾਹਰਲੇ ਸਟੇਟਾਂ ਦਾ ਲਿਆਣ ਕੇ ਤੁਸੀਂ ਵੇਚਦੇ ਪੰਜਾਬ ਚੋਂ ਤੇ ਆਪੇ ਪੰਜਾਬ ਦੇ ਵੱਜ ਜਾਣਾ ਨਾ ਫਿਰ ਤਾਂ ਪੰਜਾਬ ਦੇ ਵਿੱਚੋਂ ਵੀ ਅੰਮ੍ਰਿਤਸਰ ਨਾਲੋਂ ਜਲੰਧਰ ਨਾਲੋਂ ਪਟਿਆਲੇ ਦੇ ਵਿੱਚ ਪ੍ਰਤੀ ਏਕੜ ਫਸਲ ਆਪੇ ਵੱਧ ਜੂਗੀ ਕਿਉਂਕਿ ਉਹਨੇ ਏਕੜ ਨਹੀਂ ਜਿੰਨੀ ਉੱਥੇ ਫਸਲ ਵੱਢ ਲੋ ਹੋਈ ਜਾਂਦੀ ਪਈ ਆ ਜੀ ਜੀ ਉਹ ਸਾਰਾ ਬਾਹਰ ਦਾ ਮਾਲ ਆ ਕੇ ਵਿਕ ਰਿਆ ਜੀ ਕੋਈ ਪੁੱਛਣ ਵਾਲਾ ਹੀ ਨਹੀਂ ਮੈਂ ਉਸ ਦਿਨ ਵੀ ਦੱਸਿਆ ਸੀ ਕਿ 10-12 ਸਾਲ ਪਹਿਲਾਂ ਜੀ ਇੱਕ ਵਾਰੀ ਤਰਨਤਾਰਨ ਰਾਕੇਚ ਅਮਰਸਰ ਤਰਨਤਾਰਨ ਦੇ ਵਿੱਚ ਜਾਣ ਬੁੱਝ ਕੇ ਖਰੀਦ ਲੈਟ ਕੀਤੀ ਕਿਸਾਨਾਂ ਤੋਂ ਸਾਰਾ ਝੋਨਾ ਲੈ ਲਿਆ ਇਹ ਕਹਿ ਕੇ ਕਿ ਇਹ ਸਰਕਾਰੀ ਖਰੀਦ ਤੇ ਹੁੰਦੀ ਨਹੀਂ ਤੁਸੀਂ ਇੰਨਾਂ ਇੱਕ ਤਾਂ ਦੇ ਦਿਓ ਜੀ ਉਹ ਸਾਰਾ ਲੈ ਕੇ ਤੇ ਬਾਅਦ ਵਿੱਚ ਆਸਾ ਪਾਸਾ ਕਰਕੇ ਇੱਕ ਮੰਤਰੀ ਤੇ ਉਹਦੇ 2-4 ਬੰਦਿਆਂ ਨੇ ਖਾਸ ਨੇ ਉਹ ਸਾਰਾ ਮਾਲ ਵੇਚ ਕੇ ਮੋਟੀ ਕਮਾਈ ਕਰ ਲਈ ਉਹਦੇ ਲੱਖਾਂ ਨਹੀਂ ਕਰੋੜਾਂ ਦੀ ਕਮਾਈ ਕਹਿੰਦੇ ਸੀ ਉਹ ਕਰ ਗਏ ਜੀ ਹੁਣ ਇੱਥੇ ਕੀ ਹੋਣ ਰਿਹਾ ਮੈਂ ਨਹੀਂ ਇਹ ਸਮਝਦਾ ਕਿ ਸਾਰਾ ਕੰਮ ਸੈਲਰਾਂ ਵਾਲੇ ਚੁੱਪਚੀਪੀਤੇ ਕਰਦੇ ਹੋਣਗੇ ਸੈਲਰਾਂ ਵਾਲੇ ਕਿਸੇ ਨਾ ਕਿਸੇ ਵੱਡੇ ਬੰਦੇ ਨਾਲ ਹਿੱਸਾ ਪੱਤੀ ਜ਼ਰੂਰ ਕਰਦੇ ਹੋਣਗੇ ਜੀ ਇਹਦਾ ਮਾਲ ਉਹ ਇਕੱਲੇ ਨਹੀਂ ਪਚਾ ਸਕਦੇ ਇਹ ਸਾਰਾ ਕੁਝ ਜਿਹੜਾ ਹੁੰਦਾ ਪਿਆ ਅੱਗੋਂ ਸਰਕਾਰੀ ਮਹਿਕਮਿਆਂ ਦਾ ਹਾਲ ਇਹ ਆ ਕਿ ਅਸੀਂ ਬੜੇ ਚਿਰ ਦਾ ਇਹ ਗਿੰਦੇ ਪਏ ਕਿ ਚੋਰ ਕੁੱਤੀ ਰਲ ਜਾਂਦੇ ਆ ਔਰ ਚੋਰ ਕੁੱਤੀ ਰਲ ਜਾਣ ਵਾਲੀ ਕਹਾਣੀ ਵੀ ਇਹ ਜਿੱਥੇ ਕਿਸੇ ਦੇ ਘਰ ਤੇ ਰਾਖੀ ਵਾਸਤੇ ਰੱਖੀ ਕੁੱਤੀ ਚੋਰਾ ਨਾਲ ਰਲ ਜਾਵੇ ਜੀ ਉਹ ਜਿੰਨੀ ਮਰਜ਼ੀ ਰਲੀ ਹੋਵੇ ਜੇ ਘਰ ਦਾ ਮਾਲਕ ਜਾਗ ਪਵੇ ਤੇ ਕੁੱਤੀ ਫਿਰ ਚੋਰ ਨਾਲ ਨਹੀਂ ਦੀ ਮਾਲਕ ਦੇ ਬਾਜ ਮਾਰਨ ਦੇ ਉੱਤੇ ਉਸ ਵੱਲ ਭੱਜ ਜਾਂਦੀ ਹੈ ਜੀ ਇੱਥੇ ਤਾਂ ਇਹ ਆ ਕਿ ਕਿਸਾਨ ਜਾਗੇ ਪਏ ਨੇ ਪੰਜਾਬ ਦੇ ਲੋਕ ਜਾਗੇ ਪਏ ਨੇ ਪਰ ਜਿਹੜੀਆਂ ਏਜੰਸੀਆਂ ਜਿਹੜੇ ਅਧਿਕਾਰੀਆਂ ਦੇ ਕੋਲ ਕੰਮ ਹੈ ਉਹ ਅਧਿਕਾਰੀ ਅਜੇ ਵੀ ਚੋਰਾ ਨਾਲ ਰਲੇ ਆ ਔਰ ਉਹਨਾਂ ਰਲ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਕਮਾਓ ਸਾਡਾ ਐਸਾ ਵੀ ਪਚਾਓ ਔਰ ਉੱਪਰੋਂ ਸਰਕਾਰ ਏਡੀ ਅੰਨੀ ਬੋਲੀ ਆ ਕਿ ਕਿਸੇ ਪਾਸੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਥੱਲੇ ਕੀ ਹੁੰਦਾ ਪਿਆ ਪਤਾ ਲੱਗਦਾ ਲੱਗਦੇ ਦੇ ਬਾਵਜੂਦ ਕੋਈ ਉੱਥੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਮਤਲਬ ਸੁੱਤੀ ਨਹੀਂ ਆ ਸਰਕਾਰ ਨੇ ਕੇਸਲਵੱਟੀ ਆਪਾਂ ਕਹਿੰਦੇ ਆ ਕੇਸਲਵੱਟੀ ਬਸ ਅਸਲ ਗੱਲ ਆ ਆਪਾਂ ਸਰ ਇੱਕ ਚੀਜ਼ ਮੈਂ ਪੁੱਛਣੀ ਸੀ ਕੰਗਣਾ ਰਣਾਉਤ ਦੇ ਬਾਰੇ ਵਿੱਚ ਪਿਛਲੇ ਸਮੇਂ ਵਿੱਚ ਵਾਹ ਵਾਹ ਸਰਗਰਮੀ ਉਹਨਾਂ ਨੇ ਕੀਤੀ ਕਦੇ ਟਵਿੱਟਰ ਤੇ ਕਦੇ ਹੋਰ ਸੋਸ਼ਲ ਮੀਡੀਆ ਤੇ ਕਦੇ ਵੀਡੀਓ ਪਾ ਪਾ ਕੇ ਉਸ ਤੋਂ ਬਾਅਦ ਟੀਵੀ ਚੈਨਲਾਂ ਨੇ ਵੀ ਚੱਕ ਲਿਆ ਤੇ ਹੁਣ ਜਦੋਂ ਬੰਦੇ ਨੂੰ ਚਸਕਾ ਪੈ ਜਾਂਦਾ ਵੀ ਮੈਂ ਹਰ ਚੀਜ਼ ਤੇ ਬਿਆਨ ਦਿਆਂ ਫੋਟੋ ਆਉਂਦੀ ਆ ਖਬਰਾਂ ਚੱਲਦੀਆਂ ਉਹ ਫੋਟੋ ਖਬਰਾਂ ਦਾ ਚਸਕਾ ਹੁਣ ਕਹਿੰਦੇ ਇੱਕ ਅਦਾਲਤ ਦੇ ਵਿੱਚੋਂ ਐਫ ਆਈ ਆਰ ਦੇ ਰੂਪ ਚ ਨਿਕਲਿਆ ਉਹ ਕੀ ਕਣੀ ਹੈ ਦੇਖੋ ਉਸ ਬੀਬੀ ਨੂੰ ਪਹਿਲਾਂ ਤਾਂ ਸੀਗਾ ਟਵੀਟ ਕਰਾਂ ਫੇਸਬੁੱਕ ਤੇ ਜਮਾ ਮੇਰਾ ਖਬਰਾਂ ਦਾ ਚਸਕਾ ਪੂਰਾ ਹੁੰਦਾ ਜੀ ਹੌਲੀ ਹੌਲੀ ਉਹਨੂੰ ਇਹ ਸਮਝ ਲੱਗੀ ਕਿ ਇੱਥੇ ਕੁਝ ਹੋਰ ਐਕਟਰ ਤੇ ਐਕਟਰ ਨਹੀਂ ਆ ਇਸ ਤਰ੍ਹਾਂ ਦੇ ਚਸਕੇਬਾਜੀ ਦੇ ਵਿੱਚੋਂ ਹੌਲੀ ਹੌਲੀ ਰਾਜਨੀਤੀ ਚ ਆਏ ਵੱਡੇ ਅਹੁਦਿਆਂ ਤੇ ਪਹੁੰਚ ਗਏ ਜੀ ਕੇਂਦਰ ਸਰਕਾਰ ਤੱਕ ਪਹੁੰਚ ਗਏ ਪਾਰਲੀਮੈਂਟ ਸੀਟਾਂ ਤੱਕ ਪਹੁੰਚ ਗਏ ਤੇ ਜੇ ਮੈਂ ਕਰਾਂ ਤਾਂ ਮੈਨੂੰ ਕਿਉਂ ਨਹੀਂ ਮਿਲ ਸਕਦੀ ਇਸ ਕਰਕੇ ਉਸ ਬੀਬੀ ਨੇ ਇਹ ਕੰਮ ਸ਼ੁਰੂ ਕਰ ਲਿਆ ਬਾਲੀਵੁੱਡ ਦੇ ਮਾਮਲੇ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਹਨੇ ਜਿਸ ਤਰ੍ਹਾਂ ਦੇ ਟਵੀਟ ਕੀਤੇ ਜਿन्हने ਨ ਚਾਦਵਾਰੀ ਕੀਤੀ ਆਖਿਰ ਇੱਕ ਦਿਨ ਇਹੋ ਜਿਹਾ ਆਇਆ ਜਦੋਂ ਸ਼ਿਵ ਸੈਨਾ ਨੇ ਆਪਣੀ ਅਖਬਾਰ 'ਚ ਇਹਦਾ ਵਿਰੋਧ ਕੀਤਾ ਉਸ ਵਿਰੋਧ ਤੋਂ ਬਾਅਦ ਇਸ ਬੀਬੀ ਨੇ ਫਿਰ ਆਖਿਆ ਮੈਂ ਉੱਥੇ ਚੱਲੀ ਆ ਮੈਨੂੰ ਰੋਕ ਕੇ ਵਿਖਾਓ ਤੇ ਕੇਂਦਰ ਸਰਕਾਰ ਏਡੀ ਤੇਜ਼ ਨਿਕਲੀ ਕਿਉਂ ਇਹ ਵੀ ਤਾਂ ਕਹਿ ਸਕਦੇ ਸੀ ਮਹਾਰਾਸ਼ਟਰ ਦੀ ਸਰਕਾਰ ਨੂੰ ਜੀ ਕਿ ਕੁੜੀ ਆ ਰਹੀ ਹੈ ਖਬਰਦਾਰ ਦੇ ਵਾਸਤੇ ਸਿਕਿਉਰਟੀ ਪੂਰੀ ਰੱਖਿਓ ਪਰ ਇਹ ਨਹੀਂ ਕੀਤਾ ਉਹਨੂੰ ਉਸੇ ਵੇਲੇ ਕੇਂਦਰ ਸਰਕਾਰ ਦੇ ਪੱਧਰ ਦੀ ਜਿਹੜੀ ਹੈ ਸਿਕਿਉਰਟੀ ਉਹ ਦੇ ਦਿੱਤੀ ਗਈ ਚੰਡੀਗੜ੍ਹ ਤੋਂ ਉਹਨੂੰ ਸਿਕਿਉਰਟੀ ਮਿਲ ਗਈ ਉੱਥੇ ਜਾ ਕੇ ਉਤਰੀ ਤੇ ਜਾਂਦੇ ਨੂੰ ਉਹਨੇ ਸਿਕਿਉਰਟੀ ਖੜੀ ਹੈ ਉਹਨੂੰ ਵੀਆਈਪੀ ਬਣਾ ਦਿੱਤਾ ਗਰਾ ਤੋਰਾ ਹੁਣ ਉਹ ਕੀ ਕਰਦੀ ਹੈ ਕਿ ਹਰ ਇੱਕ ਦੀ ਪੱਗ ਨੂੰ ਹੱਥ ਪਾਉਂਦੀ ਹੈ ਹਰ ਇੱਕ ਦੀ ਬੇਇੱਜ਼ਤੀ ਕਰਦੀ ਹੈ ਆ ਪੰਜਾਬ ਦੇ ਵਿੱਚ ਕਿਸਾਨ ਐਜੀਟੇਸ਼ਨ ਕਰਦੇ ਆ ਉਹਨੇ ਤੇ ਇਹਨਾਂ ਨੂੰ ਵੀ ਹੱਤਵადი ਕਹਿਤਾ ਜਦੋਂ ਰੌਲਾ ਪਿਆ ਤੇ ਉਹ ਉਹਨੀ ਜਿਹੜੀ ਟਿੱਪਣੀ ਸੀ ਡਿਲੀਟ ਕਰ ਲਈ ਉਧਰ ਉਹਨੇ ਮਹਾਰਾਸ਼ਟਰ ਦੇ ਵਿੱਚ ਬਾਲੀਵੁੱਡ ਦੇ ਮੁੱਦੇ ਨੂੰ ਲੈ ਕੇ ਜਿਹੜੇ ਬਾਲੀਵੁੱਡ 'ਚ ਕੰਮ ਕਰਦੇ ਕਲਾਕਾਰ ਨੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਕਹਾਣੀ ਲੇਖਕ ਨੇ ਉਹਨਾਂ ਸਾਰਿਆਂ ਨੂੰ ਉਹਨੇ ਹਿੰਦੂ ਤੇ ਮੁਸਲਮਾਨ ਦੋ ਭਾਈਚਾਰਿਆਂ 'ਚ ਵੰਡ ਕੇ ਗੱਲ ਕਰਨ ਦਾ ਯਤਨ ਕੀਤਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਟਿੱਪਣੀਆਂ ਸਿਰਫ ਉਦੋਂ ਕੀਤੀਆਂ ਜਾਂਦੀਆਂ ਜਦੋਂ ਦੋ ਭਾਈਚਾਰਿਆਂ ਦੇ ਜਿਹੜੀ ਏਕਤਾ ਉਹ ਚੰਗੀ ਨਾਲ ਲੱਗਦੀ ਹੋਵੇ ਇਹਨੂੰ ਲੈ ਕੇ ਤੇ ਇੱਕ ਜਣੇ ਨੇ ਜਾ ਕੇ ਅਰਜੀ ਦਿੱਤੀ ਆ ਜੀ ਮੈਂ ਇੰਨੇ ਚਿਰ ਦਾ ਬਾਲੀਵੁੱਡ 'ਚ ਆ ਮੈਂ ਇੰਨੀਆਂ ਫਿਲਮਾਂ ਬਣਾਈਆਂ ਮੈਂ ਆ ਕੁਝ ਕੀਤਾ ਪਿਆ ਪਰ ਜਿਹੜੀਆਂ ਟਿੱਪਣੀਆਂ ਇਹ ਬੀਬੀ ਕਰਦੀ ਪਈ ਐ ਉਹਨਾਂ ਟਿੱਪਣੀਆਂ ਨਾਲ ਮੇਰੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਮੇਨੇ ਭਾਵਨਾਵਾਂ ਨੂੰ ਛੱਟ ਵੱਜੀ ਆ ਇਹਦੇ ਖਿਲਾਫ ਕਾਰਵਾਈ ਕਰੋ ਹੁਣ ਇਹ ਵੀ ਆਖਿਆ ਮੈਂ ਪੁਲਿਸ ਕੋਲ ਗਿਆ ਸੀ ਪੁਲਿਸ ਤਾਂ ਛੜੀ ਗੱਲ ਸੁਣਦੀ ਨਹੀਂ ਪਈ ਜੀ ਹੁਣ ਸੁਣੇ ਪੁਲਿਸ ਕਿਦਾਂ ਬੀਬੀ ਦੀ ਉੱਪਰ ਤੱਕ ਪਹੁੰਚ ਜਾ ਜਦੋਂ 24 ਘੰਟਿਆਂ ਦੇ ਅੰਦਰ ਦੇ ਨਾਲ ਨੂੰ ਕੇਂਦਰ ਸਰਕਾਰ ਏਡੀ ਵੱਡੀ ਸਿਕਿਉਰਿਟੀ ਦੇ ਸਕਦੀ ਐ ਤੇ ਉਹ ਤੁਸੀਂ ਆਪਣੇ ਹੱਥ ਤਾਂ ਨਹੀਂ ਫਿਰ ਉਹ ਬੋਲਦੀ ਉਹਦੇ ਪਿੱਛੋਂ ਕੋਈ ਹੋਰ ਰਾਜਨੀਤਿਕ ਧਿਰ ਬੋਲਦੀ ਪਈ ਆ ਔਰ ਇਹੋ ਹੀ ਕਾਰਨ ਐ ਕਿ ਉਹ ਕੇਸ ਪਰ ਜਦੋਂ ਅਦਾਲਤ ਤੋਚ ਗਿਆ ਤੇ ਅਦਾਲਤ ਨੇ ਮੋਟੀ ਮੋਟੀ ਸੁਣਵਾਈ ਕਰਨ ਤੋਂ ਬਾਅਦ ਆਖਿਆ ਕਿ ਪ੍ਰਾਇਮਰਸੀ ਫੇਸ ਇਹ ਇੱਕ ਪ੍ਰਾਇਮਰਫੇਸਿਕ ਕੇਸ ਬਣਦਾ ਪਿਆ ਜੇ ਮੁੱਦੇ ਤੌਰ ਤੇ ਕੇਸ ਬਣਦਾ ਉਸ ਬੀਬੀ ਦੇ ਖਿਲਾਫ ਬਕਾਇਦਾ ਪਰਚਾ ਦਰਜ ਕੀਤਾ ਜਾਵੇ ਕਾਰਵਾਈ ਸ਼ੁਰੂ ਕੀਤੀ ਜਾਵੇ ਹੁਣ ਕਾਰਵਾਈ ਤਾਂ ਸ਼ੁਰੂ ਹੋ ਗਈ ਆ ਅੱਗੋਂ ਇਹ ਪਤਾ ਨਹੀਂ ਕਿੱਥੋਂ ਤੱਕ ਜਾਊਗੀ ਪਰ ਉਸ ਬੀਬੀ ਨੂੰ ਪਰਵਾਹ ਕੋਈ ਨਹੀਂ ਕਿਉਂਕਿ ਪਿਛਲਾ ਤਜਰਬਾ ਉਸ ਬੀਬੀ ਦੇ ਸਾਹਮਣੇ ਵੀ ਹੈ ਕਿ ਜਿਹੜਾ ਜ਼ਿਆਦਾ ਬੋਲੇ ਤਿੱਖਾ ਬੋਲੇ ਐਸ ਕਿਸਮ ਦੀ ਭੜਗਾਉ ਗੱਲ ਕਰੇ ਉਹਨੂੰ ਇਸ ਪਾਰਟੀ ਤਰੱਕੀਆਂ ਬੜੀ ਛਿੱਤੀ ਮਿਲ ਜਾਂਦੀਆਂ ਲੈ ਚਲੋ ਪਾਗ ਵਾਲੀ ਆਧਾਰਨ ਤੁਸੀਂ ਦੇ ਹੀ ਦਿੱਤੀ ਐ ਇਕ ਵਾਰ ਤੋਂ ਬਿਹਾਰ ਦੀਆਂ ਇਲੈਕਸ਼ਨਾਂ ਆ ਉਹਨਾਂ ਦੀ ਗੱਲ ਕਰ ਲਈਏ ਬਿਹਾਰ ਦੇ ਵਿੱਚ ਗੱਠਜੋੜ ਪਹਿਲਾਂ ਜਿਹੜੇ ਨਹੀਂ ਸੀ ਬਣਦੇ ਹੁਣ ਉਹ ਦੁਬਾਰਾ ਬਣ ਗਏ ਪਰ ਉਹਨਾਂ ਦੇ ਵਿੱਚ ਉਹ ਪਾਸਵਾਨ ਹੋਰੀ ਵੱਡੇ ਪੂਰੇ ਹੋ ਗਏ ਪਰ ਹੁਣ ਜਿਹੜਾ ਸੁਪੁੱਤਰ ਉਹਨਾਂ ਦਾ ਬਚਿਆ ਪਿੱਛੇ ਚਿਰਾਗ ਪਾਸਵਾਨ ਉਹਨੂੰ ਜਮਾਂ ਹੀ ਸਾਈਡ ਤੇ ਖੜਾ ਕਰ ਲਿਆ ਜੀ ਕੁਰਸੀ ਮਿਲੀ ਨਹੀਂ ਗੱਠਜੋੜ ਦੇ ਵਿੱਚ ਇਸ ਵਕਤ ਬਿਹਾਰ ਦੀਆਂ ਚੋਣਾਂ 'ਚ ਨਵੇਂ ਗੱਠਜੋੜ ਤੇ ਉਹਨੂੰ ਲਾਂਬੇ ਕਰਨ ਦੀ ਰਾਜਨੀਤੀ ਰਣਨੀਤੀ ਨੂੰ ਕਿਵੇਂ ਦੇਖਦੇ ਆ ਦੇਖੋ ਜੇ ਤਾਂ ਰਾਮ ਵਿਲਾਸ ਪਾਸਵਾਨ ਜਿਉਂਦਾ ਰਹਿੰਦਾ ਜੀ ਉਹਨੇ ਕੁਝ ਨਾ ਕੋਈ ਟਕੜਮ ਫੇਰ ਲੜਾ ਜਣੀ ਸੀ ਜੀ ਨਤੀਸ਼ ਕੁਮਾਰ ਦੀ ਤੇ ਉਹਦੀ ਆਪਸ ਵਿੱਚ ਬਣਦੀ ਨਹੀਂ ਸੀ। ਉਹਦੀ ਲਾਲੂ ਪ੍ਰਸਾਦ ਨਾਲ ਵੀ ਨਹੀਂ ਸੀ ਬਣਦੀ। ਜੀ ਕਿਉਂਕਿ ਬੜੀ ਖਾਸ਼ੀ ਉਹਦੀ ਵੀ ਹੁੰਦੀ ਸੀ ਕਿ ਮੈਂ ਮੁੱਖ ਮੰਤਰੀ ਬਣਾ। ਤੇ ਇਹ ਦੋਵੇਂ ਉਹਨੂੰ ਕਿਸੇ ਗਿਰਦੇ ਚ ਨਹੀਂ ਰੱਖਦੇ। ਜੀ ਉਹ ਅਖੀਰਲੇ ਵਕਤ ਜਾ ਕੇ ਇੱਧਰ ਉੱਧਰ ਗੰਢ ਧੁੱਪ ਕਰਕੇ ਤੇ ਕੇਂਦਰ ਦੀ ਕੁਰਸੀ ਆਪਣੀ ਮਨਜ਼ੂਰ ਕਰਾ ਲੈਂਦਾ ਸੀ ਕਿ ਤੂੰ ਕੇਂਦਰ ਚ ਬਣਾ ਰਹਿ। ਕਾਂਗਰਸ ਦੀ ਸਰਕਾਰ ਚੋਂ ਕੇਂਦਰੀ ਮੰਤਰੀ। ਜੀ ਜਨਤਾ ਪਾਲ ਦਿਆਂ ਦੋ ਸਰਕਾਰਾਂ ਸੀ ਦੇਵਗੜਾ ਤੇ ਗੁਜਰਾਲ ਵਾਲੀਆਂ ਉਹਨਾਂ ਚ ਮੰਤਰੀ ਵੀ ਪੀ ਸਿੰਘ ਦੇ ਵੇਲੇ ਮੰਤਰੀ ਉਹ ਮੜਮੜ ਕੇ ਕਈਆਂ ਨਾਲ ਮੰਤਰੀ ਬਣਿਆ ਸੀ ਜੀ ਨਰਿੰਦਰ ਮੋਦੀ ਨਾਲ ਵੀ ਬਣ ਗਿਆ ਵਾਜਪਾਈ ਨਾਲ ਵੀ ਬਣ ਗਿਆ ਉਹਨੇ ਹੁਣ ਵੀ ਕੋਈ ਨਾ ਕੋਈ ਦਾਅ ਖੇਡ ਜਣਾ ਸੀ ਜੀ ਪਰ ਮੁੰਡਾ ਆਪਣੇ ਬਾਪ ਜੀ ਨੇ ਦਾਅ ਨਹੀਂ ਜਾਣਦਾ ਮਾੜੀ ਕਿਸਮਤ ਇਹ ਕਿ ਉਧਰੋਂ ਗੱਲਬਾਤ ਕਰਕੇ ਆਇਆ ਤੇ ਗੱਲਬਾਤ ਟੁੱਟ ਗਈ ਤੇ ਇਧਰ ਘਰ ਆਉਂਦਿਆਂ ਬਾਪ ਦੀ ਮੌਤ ਹੋ ਗਈ ਉਹ ਦੋਹਾਂ ਪਾਸੇ ਤੋਂ ਫਸ ਗਿਆ ਜੀ ਹੁਣ ਨਤੀਸ਼ ਕੁਮਾਰ ਨੇ ਵੇਖ ਕੇ ਕਿ ਐਸ ਵळे ਮੁੰਡਾ ਮੁਸ਼ਕਲ ਚ ਹੈ ਤੇ ਇਹਨੂੰ ਜੇ ਪਿੱਛੇ ਪਾ ਦਈਏ ਤੇ ਅੱਗੇ ਤੋਂ ਸਾਡੇ ਸਾਹਮਣੇ ਉਭਰਨ ਜੋਗਾ ਨਹੀਂ ਰਹੂ ਉਹਨੇ ਭਾਜਪੀ ਨੂੰ ਵੀ ਆਖਿਆ ਕਿ ਇਹਨੂੰ ਸੀਟਾਂ ਕੋਈ ਨਹੀਂ ਛੱਡੀਆਂ ਆਪ ਵੀ ਕੋਈ ਨਹੀਂ ਛੱਡੀਆਂ ਬੀਜੇਪੀ ਨੂੰ ਵੀ ਕੋਈ ਨਹੀਂ ਛੜਨ ਦਿੱਤੀਆਂ ਨਤੀਜਾ ਉੱਥੇ ਇਹ ਨਿਕਲਿਆ ਕਿ ਉਹ ਇਸ ਵੇਲੇ ਕਿਸੇ ਪਾਸੇ ਲੱਗਣ ਜੋਗਾ ਨਹੀਂ ਰਿਹਾ ਗਿਆ ਹੁਣ ਆਖੀ ਜਾਂਦਾ ਜੀ ਮੈਂ ਉਹਨਾਂ ਸੀਟਾਂ ਤੇ ਚੋਣ ਲੜਾਉਂਗਾ ਆਪਣੇ ਬੰਦਿਆਂ ਨੂੰ ਜਿਹੜੀਆਂ ਸੀਟਾਂ ਮੁੱਖ ਮੰਤਰੀ ਨतीश ਕੁਮਾਰ ਦੀ ਪਾਰਟੀ ਜਨਤਾਦਲ ਯੂ ਲੜਦੀ ਪਈ ਹੈ ਜੀ ਔਰ ਉਹ ਕਹਿੰਦਾ ਕਿ ਮੈਂ ਸੀਟਾਂ ਉਹਨਾਂ ਤੋਂ ਆਪਣੇ ਬੰਦੇ ਜਿਤਾਉਣੇ ਆ ਤੇ ਨतीश ਕੁਮਾਰ ਨੂੰ ਪਾਸੇ ਕਰਕੇ ਭਾਜਪਾ ਦੀ ਮਦਦ ਨਾਲ ਸਰਕਾਰ ਅਸੀਂ ਬਣਾਉਣੀ ਹੈ ਮੁੱਖ ਮੰਤਰੀ ਭਾਜਪਾ ਦਾ ਹੋ ਤੇ ਮੈਂ ਉਹਨਾਂ ਦੀ ਮਦਦ ਕਰੂੰਗਾ ਉਹ ਜਿੰਨੇ ਸੁਪਨੇ ਲੈ ਰਿਹਾ ਸਪਨੇ ਤੇ ਬਹੁਤੋ ਅਸੀਨ ਨੇ ਪਰ ਉਹਨਾਂ ਸੁਪਨਿਆਂ ਦੇ ਵਿੱਚ ਕੱਖ ਵੀ ਨਹੀਂ ਮੈਨੂੰ ਨਹੀਂ ਲੱਗਦਾ ਉਹਦੀਆਂ ਪੰਜ ਸੀਟਾਂ ਵੀ ਉੱਥੇ ਆ ਸਕਣ ਬਹੁਤ ਬੁਰੀ ਮੁਸ਼ਕਲ 'ਚ ਫਸਿਆ ਪਿਆ ਫਿਰ ਉਹਨੇ ਵੀ ਆਖਿਆ ਕਿ ਮੈਂ ਦਿਲੋਂ ਭਾਜਪਾ ਦੇ ਨਾਲ ਜੀ ਨਤੀਸ਼ ਕੁਮਾਰ ਨੇ ਭਾਜਪਾ ਨੂੰ ਅੱਖਾਂ ਮਖਾਈਆਂ ਕਿ ਇਹ ਬੰਦਾ ਤੁਹਾਡੇ ਸਿਰ ਤੇ ਤਿੰਗੜਦਾ ਇਹਦਾ ਮਤਲਬ ਤੁਸੀਂ ਪੱਛੋਕਰਾ ਰਹੇ ਤੇ ਭਾਜਪਾ ਦੇ ਲੀਡਰਾਂ ਨੇ ਬਿਆਨ ਦਿੱਤਾ ਕਿ ਸਾਡੇ ਇਹਦੇ ਨਾਲ ਕੋਈ ਸਮਝ ਨਹੀਂ ਤਾਂ ਵੋਟ ਕਟੂਆ ਯਾਨੀ ਵੋਟਾਂ ਖਰਾਬ ਕਰਨ ਵਾਸਤੇ ਖਲੋਤਾ ਹੁਣ ਉਹ ਉਹਦੇ ਰਾਮਬਲਾਸ ਪਾਸਵਾਨ ਦੇ ਮੁੰਡੇ ਨੂੰ ਵੋਟ ਕਟੂਆ ਆਖਿਆ ਗਿਆ ਇਸ ਗੱਲ ਤੋਂ ਉਹ ਵੀ ਉਹਦੀ ਪਾਰਟੀ ਵੀ ਸਾਰੀ ਨਾਰਾਜ਼ ਹੋਈ ਪਈ ਹੈ ਪਰ ਨਾਰਾਜ਼ ਹੋ ਵੀ ਜਾਣ ਤੇ ਆਪਣੇ ਕੰਡੇ ਸਾੜਣਗੇ ਕਿਸੇ ਦਾ ਕੀ ਵਿਗਾੜਣਗੇ ਇਹ ਤੁਹਾਡੀ ਵਾਂਗੂ ਆਪਣੇ ਆਪ ਚੁੱਪ ਰਹਿੰਦੇ ਪਏ ਪੱਲੇ ਤਾਂ ਇਹਨਾਂ ਦੇ ਹੈ ਕੱਖ ਨਹੀਂ ਹੁਣ ਤੱਕ ਇਹ ਪਾਰਟੀ ਬਹੁਤਾ ਕਰਕੇ ਨਾ ਦਲਤਾਂ ਦਾ ਲੈਂਦੀ ਸੀ ਪਰ ਅਸਲ ਵਿੱਚ ਜਿਹੜੇ ਵੱਡੇ ਲੋਕ ਨੇ ਕਦੇ ਆਵਾਜ਼ ਪਾਈ ਦੀ ਪਿਛਲਾਗ ਬਣ ਜਾਂਦਾ ਸੀ ਰਾਮਬਲਾਸ ਪਾਸਵਾਨ ਕਦੇ ਇਹ ਡਾਕਟਰ ਮਨਮੋਹਨ ਸਿੰਘ ਨਾਲ ਜੁੜ ਜਾਂਦਾ ਸੀ ਕਦੇ ਪਹਿਲਾਂ ਜਨਤਾ ਪਾਰਟੀ ਵਾਲਿਆਂ ਨਾਲ ਜਨਤਾਦਲ ਦੇ ਨਾਲ ਫਿਰ ਇਹ ਦੇਵਗੋੜਾ ਤੇ ਗੁਜਰਾਲ ਦੇ ਨਾਲ ਉਹ ਜਿਸ ਤਰ੍ਹਾਂ ਦੀ ਤਿਕੜਮਬਾਜ਼ੀ ਕਰਦਾ ਰਿਹਾ ਉਹਦੇ ਵਿੱਚ ਉਹਨੇ ਆਪਣੀ ਪਾਰਟੀ ਇਦਾਂ ਦੀ ਨਹੀਂ ਬਣਾਈ ਕਿ ਉਹ ਪਾਰਟੀ ਅੱਗੋਂ ਕਿਸੇ ਕਿਸਮ ਦੀ ਕੋਈ 바ਰਗੇਨਿੰਗ ਕੋ ਸੌਦੇਬਾਜ਼ੀ ਕਰ ਸਕੇ ਉਹ ਲੈ ਦੇ ਕਿ ਕੋਈ ਗੱਲ ਕਰ ਗਿਆ ਕਿ ਆਪਣੇ ਪੁੱਤਰ ਨੂੰ ਐਸਟੈਬਲਿਸ਼ ਕਰਨਾ ਚਾਹੁੰਦਾ ਸੀ ਉਹਨੂੰ ਦੋ ਵਾਰੀ ਪਾਰਲੀਮੈਂਟ ਬਣਾਤਾ ਚਲੋ ਇਹੋ ਸੀ ਦੋ ਵਾਰੀਆਂ ਤੋਂ ਬਾਅਦ ਹੁਣ ਪੁੱਤਰ ਤੀਸਰੀ ਵਾਰੀ ਪਾਰਲੀਮੈਂਟ ਬਣ ਸਕਦਾ ਕਿ ਨਹੀਂ ਬਣ ਸਕਦਾ ਇਹਦੇ ਬਾਰੇ ਸਾਰਿਆਂ ਨੂੰ ਸ਼ੱਕ ਹੈ ਜੇ ਨਤੀਸ਼ ਕੁਮਾਰ ਦਾ ਗੰਢ ਚਿਤਰਾਵਾ ਨਾ ਹੋਇਆ ਸਮਝੌਤਾ ਨਾ ਹੋਇਆ ਤੇ ਅਗਲੀ ਵਾਰੀ ਪੁੱਤਰ ਪਾਰਲੀਮੈਂਟ ਚ ਜਾਣ ਜੋਗਾ ਬਣੀ ਰਹੇ। ਮਤਲਬ ਤੁਹਾਡੀਆਂ ਗੱਲਾਂ ਤੋਂ ਇਹ ਆ ਵੀ ਪਿੰਡਾਂ ਜਿੱਦਾਂ ਉਹ ਸਾਂਝਾ ਗੱਡਾ ਹੁੰਦਾ ਉਹਦਾ ਕੋਈ ਪੈਂਚਰ ਨਹੀਂ ਲਵਾਉਂਦਾ ਉਹ ਹਾਲ ਹੈ। ਇਹ ਹੈ ਵੀ ਇਹ ਗੱਡਾ ਹੀ ਸੀ ਜਿਹਦੇ ਉਤੇ ਸਵਾਰੀ ਲੋਕੀ ਕਰਦੇ ਸੀ ਇਹ ਸਮਝਦੇ ਸੀ ਕਿ ਅਸੀਂ ਉਹਨਾਂ ਦੇ ਨਾਲ ਅਸਲ ਚ ਉਹ ਇਹਨਾਂ ਨੂੰ ਵਰਤਦੇ ਸੀ। ਜੀ। ਅਜਾ ਪੰਸਾਹ ਸਾਬ ਇੱਕ ਜਾਂਦੇ ਜਾਂਦੇ ਮੈਨੂੰ ਦੱਸਿਓ ਕਿ ਜਿਹੜਾ ਅਮਰੀਕਾ ਤਾਰੇ ਬੰਦਾ ਸਮਝੌਤਾ ਹੋਇਆ ਸੀ ਉਦੋਂ ਵਾਵਾ ਥਾਵਾਂ ਤੇ ਜਾ ਜਾ ਕੇ ਚੋਰੀ ਛਿਪੇ ਵੀ ਕਰਦੇ ਸੀ ਫੇਰ ਪਾਕਿਸਤਾਨ ਵਾਲੇ ਪਾਸਿਓ ਕੋਈ ਨਾ ਕੋਈ ਪਾਣੀ ਮਾਰ ਦਿੱਤੀ ਜਾਂਦੀ। ਹੁਣ ਉਹ ਸਮਝੌਤਾ ਤੇ ਹੋਇ ਵਿਕਰਤੀ ਇਸ ਕਰਕੇ ਜਾਂਦੀ ਹੈ ਕਿ ਇੱਕ ਤਾਂ ਜਿਹੜੀ ਅਫਗਾਨਿਸਤਾਨ ਦੀ ਹੁਣ ਵਾਲੀ ਸਰਕਾਰ ਜੀ ਉਹ ਇਸ ਸਮਝੌਤੇ ਤੇ ਖੁਸ਼ ਨਹੀਂ ਜੀ ਉਹ ਸਮਝਦੀ ਆ ਕਿ ਅਮਰੀਕਾ ਨੇ ਸਾਨੂੰ ਫਸਾਇਆ ਤਾਲਿਬਾਨ ਤੋਂ ਮਰਨ ਦਾ ਪ੍ਰਬੰਧ ਕਰ ਦਿੱਤਾ ਆਪ ਅਮਰੀਕਾ ਖਿਸਕਦਕ ਪਿਆ ਆਪਣੀ ਫੌਜ ਕੱਢਦਾ ਪਿਆ ਤੇ ਸਾਨੂੰ ਕੀ ਮਿਲਿਆ ਉਹਨਾਂ ਨੇ ਆਪਣੀ ਫੋਰਸ ਨੂੰ ਜਿਹੜੀ ਅਫਗਾਨਿਸਤਾਨ ਦੀ ਸਰਕਾਰੀ ਫੌਜ ਆ ਉਹਨੂੰ ਆਖਿਆ ਕਿ ਹਮਲੇ ਵੱਧ ਤੇਜ਼ ਕਰ ਦਿਓ ਜੀ ਰੋਜ਼ ਕਿਤੇ 5 ਕਿਤੇ 7 ਕਿਤੇ 35 ਤਾਲਿਬਾਨ ਦੇ ਬੰਦੇ ਵੀ ਮਰ ਰਹੇ ਆ ਤੇ ਸਰਕਾਰ ਦੇ ਵੀ ਮਰ ਰਹੇ ਆ ਜੀ ਤਾਲਿਬਾਨ ਨੇ ਵਿੰਗਟਡ ਢੰਗ ਨਾਲ ਇਸ਼ਾਰੇ ਕਰ ਦਿੱਤੇ ਆ ਕਿ ਜੇ ਇਹੋ ਕੁਝ ਕਰਨਾ ਤੇ ਅਸੀਂ ਸਮਝੌਤਾ ਨਹੀਂ ਕਰਨਾ ਦੂਸਰੇ ਪਾਸਿਓਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣ ਚੱਲਦੀ ਪਈ ਆ ਉਸ ਰਾਸ਼ਟਰਪਤੀ ਚੋਣ ਦੇ ਵਿੱਚ ਡੋਨਲਡ ਟਰੰਪ ਜਿਹੜਾ ਬਹੁਤ ਜ਼ਿਆਦਾ ਇਹਨਾਂ ਤਾਲਿਬਾਨ ਦੇ ਖਿਲਾਫ ਹੁੰਦਾ ਸੀ ਉਹਦੀ ਪਾਰਟੀ ਵੀ ਇਹਨਾਂ ਦੇ ਖਿਲਾਫ ਰਹੀ ਜੀ ਕਿਸੇ ਵਕਤ ਚੁੱਕਿਆ ਵੀ ਉਹਨਾਂ ਨੇ ਸੀ ਇਹਨਾਂ ਨੂੰ ਉਹ ਹੁਣ ਜੇ ਮੁਸ਼ਕਲ ਵਿੱਚ ਹੈ ਤੇ ਤਾਲਿਬਾਨ ਨੇ ਸਮਝਦੇ ਆ ਕਿ ਇਸ ਮੁਸ਼ਕਲ ਦੇ ਹਾਲਾਤ ਵਿੱਚ ਜਿਉ ਇੱਕ ਵਾਰੀ ਰਾਸ਼ਟਰਪਤੀ ਚੁਣਿਆ ਜਾਵੇ ਤੇ ਕਿਉਂਕਿ ਸਮਝੌਤਾ ਕੀਤਾ ਉਹਨਾਂ ਨੇ ਅੱਪੇ ਸ਼ਰਮੋ ਸ਼ਰਮੀ ਪਾਰ ਲਊਗਾ ਪਰ ਦੂਸਰੇ ਪਾਸੋਂ ਇਸ ਗੱਲ ਦਾ ਡਰ ਪਿਆ ਕਿ ਜੇ ਉਹ ਜਿੱਤ ਨਾ ਸਕਿਆ ਇਧਰ ਸਰਕਾਰ ਨਾਲ ਟਕਰਾ ਬਹੁਤ ਵੱਧ ਗਿਆ ਇਹ ਟਕਰਾ ਦੇ ਵਿੱਚ ਕੀ ਬਣੂਗਾ ਇਹਦੇ ਤੋਂ ਬਹੁਤ ਸਾਰੇ ਜਿਹੜੇ ਅਬਜ਼ਰਵਰ ਨੇ ਜਿਹੜੇ ਅਫਗਾਨਿਸਤਾਨ ਦੇ ਹਾਲਾਤ ਦੇ ਉੱਤੇ ਲਗਾਤਾਰ ਅੱਖ ਰੱਖਦੇ ਨਜ਼ਰ ਰੱਖਦੇ ਨੇ ਉਹ ਸਾਰੇ ਇਹ ਕਹਿੰਦੇ ਪਏ ਆ ਕਿ ਇਹ ਸਮਝੌਤਾ ਜਿੰਨੇ ਤੇਜ਼ੀ ਨਾਲ ਤੇ ਜਿੰਨਾ ਗੁਪਤ ਤੌਰ ਤੇ ਹੋਇਆ ਸੀ ਤੇਜ਼ੀ ਉਨੀ ਰਉ ਪਰ ਗੁਪਤ ਹੋਰ ਤੇ ਨਹੀਂ ਜ਼ਰਾ ਤੌਰ ਤੇ ਸਰੀਆਮ ਚੌਕ ਦੇ ਵਿੱਚੇ ਭੰਡਾ ਭੱਜ ਵੀ ਸਕਦਾ ਕਿਸੇ ਵੀ ਦਿਨ ਇਹ ਸਮਝੌਤਾ ਟੁੱਟ ਵੀ ਜਾਵੇ ਤੇ ਕਿਸੇ ਨੂੰ ਕੋਈ ਇਹਦੇ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਜੀ ਪਰ ਅਸਾਂ ਤੁਸੀ ਆਏ ਸਮਾਂ ਕੱਢਿਆ ਬੜਾ ਧੰਨਵਾਦ ਤੇ ਸਨਾਲੀ ਇਸ ਪ੍ਰੋਗਰਾਮ ਨੂੰ ਅਪੇਠੀ ਸਮਾਪਤ ਕਰਦੇ ਹਾਂ ਜੀ ਹੁਣ ਸੋਮਵਾਰ ਦਾ ਦਿਨ ਸਾਰਿਆਂ ਦੀ ਨਿਗਾ ਲੱਗੀ ਰਣੀ ਉਹਦੇ ਤੇ ਕਿਉਂਕਿ ਉਸ ਦਿਨ ਵਿਸ਼ੇਸ਼ ਜਲਾਸ ਹੈ ਪੰਜਾਬ ਸਰਕਾਰ ਨੇ ਸੱਦਿਆ ਉਹਦੇ ਵਿੱਚ ਕੀ ਹੁੰਦਾ ਫਿਰ ਆਪਾਂ ਉਹ ਵੀ ਦੇਖਾਂਗੇ ਫਿਲਹਾਲ ਦੇ ਇਜਾਜ਼ਤ ਕਰਪੀ ਸੰਧਵਾਲੀਆਂ ਨੂੰ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ